ਜ਼ਿਲ੍ਹਾ ਗੁਰਦਾਸਪੁਰ ਦੇ TC ਇੰਟਰਨੈਸ਼ਨਲ ਸਕੂਲ 'ਚ ਪੜ੍ਹਾਈ 'ਚ ਅਵਲ ਰਹਿਣ ਵਾਲੇ ਬੱਚਿਆਂ ਦੀ ਹੌਸਲਾ ਅਫਜਾਈ ਲਈ ਸਾਲਾਨਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਿੱਖਿਆ ਮੰਤਰੀ ਅਰੁਣਾ ਚੌਧਰੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਤੇ ਬੱਚਿਆਂ ਵੱਲੋਂ ਕਈ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਹੋਰ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿੱਚ ਇਹਨਾਂ ਦਾ ਐਨੂਅਲ ਫੰਕਸ਼ਨ ਸੀ, ਜਿਹਦੇ 'ਚ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ ਸੀ, ਔਰ ਇਹਦੇ 'ਚ ਜਿਹੜੇ ਬੱਚਿਆਂ ਨੇ ਜਿਹੜੇ ਜਿਹੜੇ ਫੀਲਡ 'ਚ ਐਕਸੈਲ ਕੀਤਾ ਹੈ, ਕੁਛ ਅਚੀਵਮੈਂਟਸ ਕੀਤੀਆਂ ਨੇ, ਉਹਨਾਂ ਨੂੰ ਅਵਾਰਡ ਦਿੱਤਾ ਗਿਆ, ਕਿਉਂਕਿ ਇਨਾਮ ਦੇਣਾ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਬੱਚੇ ਪ੍ਰੋਤਸਾਹਿਤ ਹੋ ਕਰ ਹੋਰ ਵੀ ਅੱਗੇ ਚੰਗਾ ਕੰਮ ਕਰਨ। TC ਇੰਟਰਨੈਸ਼ਨਲ ਸਕੂਲ ਦਾ ਐਨੂਅਲ ਫੰਕਸ਼ਨ ਐਤਵਾਰ ਨੂੰ ਮੈਡਮ ਅਰੁਣਾ ਚੌਧਰੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਨਾਲ ਮੈਡਮ ਰਕੇਸ਼ ਬਾਲਾ, ਡਿਪਟੀ DO ਰਕੇਸ਼ ਗੁਪਤਾ ਜੀ ਹਾਜ਼ਰ ਹੋਏ, ਉਹਨਾਂ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ।